खर्चा तकरीबन लागत 26 to 27 lakh बनता लेकिन मौसम के मुताबिक 26-27 नहीं है 57-54 डबल पर महंगाई इतनी है सारे उम्मीद करे खैर खरीयत यूट्यूब चैनल नवाब ऑफिशियल माशाल्लाह जी जिवें पता है दोस्तों थल जुमा पढ़े चादर की वजन इतने नजर नापते पे उस मैं चादर कोई नहीं की जर्सी पाई अज थी बिल्कुल रेसो जरा कच्चा है कि उस सफर करें पे हाँ बिल्कुल जल्दी के बिल्कुल सूरज गरूब होवन तैयार है लेकिन धुप जेड़ा बिल्कुल कोई नहीं वेख सो वापस हो गए काफी सारे जो बड़े मेरे इंशाल्लाह पसंद वीडियो मुकम्मल सारे हल कवर हो माशाल्लाह नमाज जुमा पढ़ के आए हैं भाई साहब और कोलो ए पहले जड़े ना इथे आड़त बनाई हो पिछले अड्डे देते ना वो किराए दिया नहीं किराया ना किसी दोस्त दिया हां दोस्त यारी दे विच क्योंकि माहौल यो जने इथे किराया वाला सिस्टम ही है को नहीं तो बहुत चंगा है भैया अल्हम्दुलिल्लाह ते हुन जड़े ना माशाल्लाह भाई साहब और ने सारा जड़े ने आड़त ही बनाई दे पे शायद शोरूम भी आ देखा ले इंशाल्लाह हां ओ जड़े ना बने पे नवा सारा कुछ जड़ा ना बनाए ने तो जड़ा ना विजिट करे ने पहले ना दे कोल पूछ लो मोटा मोटा के टोटल खर्चा कितना आया पर इस बनावण वास्ते दुकान है पईया शोरूम में के शो सो तफसील ना जड़ा ना से सके भाई जान ए दुकान बनाई से पहले सारा कारोबार है आड़ा अच्छा ते अगा दिल दी ख्वाहिश है जो पे असा इते शोरूम बने सो अच्छा माशाल्लाह बाकी पूरी अल्लाह दी जात दी हां बिल्कुल इने गल खर्चा तकरीबन लागत
26 to 27 lakh ਬਣਦਾ 27 lakh ਲੇਕਿਨ ਮੌਸਮ ਦੇ ਮੁਤਾਬਕ 26-27 ਨਹੀਂ 57-54 ਡਬਲ ਪਰ ਮਹਿੰਗਾਈ ਇਤਨੀ ਹੈ ਸਾਰੇ ਉਹਨਾਂ ਮਹੀਨਾ ਹੀ ਹੋ ਜਾ ਚੱਲਦਾ ਵੀ ਨਹੀਂ 12 ਮਹੀਨਾ ਹੀ 12 ਮਹੀਨਾ ਸਾਰੇ ਥਾਲ ਦੇ ਵਿੱਚ ਇਹਨੂੰ 13ਵਾਂ ਆ ਗਿਆ ਹਰ ਚੀਜ਼ ਦਾ ਐਂਡ ਹੁੰਦਾ ਹਰ ਚੀਜ਼ ਦਾ ਐਂਡ ਹੁੰਦਾ ਅਸਾਂ 26-27 ਨੂੰ ਸਮੇਂ ਡਬਲ ਕਰਤੇ 100-54 ਤਾਂ ਬਾਕੀ ਕੰਮ ਵੇਖੋ ਮਾਸ਼ਾਅੱਲਾ ਭਾਈ ਸਾਹਿਬ ਉਹਨਾਂ ਨੇ ਬਹੁਤ ਜ਼ਬਰਦਸਤ ਸੀ ਉੱਤੇ ਜਿਹੜਾ ਨਾ ਮਿਹਨਤ ਜ਼ਿਆਦਾ ਨਾ ਛੱਤ ਵਾਲਾ ਸਿਸਟਮ ਜਿਹੜਾ ਨਾ ਬਹੁਤ ਪਸੰਦ ਹੈ ਉੱਤੇ ਨਾ ਟਾਇਲ ਜਿਹੀ ਲਾਈ ਹੋਈ ਅਸੀਂ ਰਗੜਾਈ ਸ਼ਗੜਾਈ ਅਸੀਂ ਬਾਕੀ ਜਿਹੜਾ ਨਾ ਫਰੰਟ ਜਿਹੜਾ ਨਾ ਮੰਨ ਕੇ ਤੁਹਾਨੂੰ ਵੀ ਕਹਿੰਦਾ ਇਹ ਉੱਤੇ ਕੋਠੀ ਬਾਣ ਵਾਸਤੇ ਬਾਣ ਵਾਸਤੇ ਆਫਿਸ ਹੋ ਗਿਆ ਜਿਵੇਂ ਦੋਸਤ ਆ ਵੇਂਦੇ ਤਾਂ ਇਹ ਬਾਹਰ ਵਾਲਾ ਇੱਦਾਂ ਧੁੱਪ ਛੁੱਪ 'ਤੇ ਬਹਿ ਕੇ ਜਿਹੜਾ ਨਾ ਇੰਜੋਏ ਕਰੇ ਸੀ ਸਾਹਮਣੇ ਵਾਸ਼ਰੂਮ ਤਾਂ ਬਾਕੀ ਜਿਹੜਾ ਨਾ ਥੱਲੇ ਜਿਹੜਾ ਦੁਕਾਨਾਂ ਨੇ ਉਹ ਵੀ ਜਿਹੜਾ ਨਾ ਮੰਨ ਕੇ ਵੀ ਕਹਿੰਦੇ ਤਾਂ ਖਰਚਾ ਭਾਈ ਸਾਹਿਬ ਉਹਦਾ ਸੁਣ ਸੋ ਕਿਉਂਕਿ ਸਾਰਾ ਜਿਹੜਾ ਨਾ ਵਿਖਾਈ ਨਹੀਂ ਬਹੁਤ ਜਿਹੜਾ ਨਾ ਜ਼ਬਰਦਸਤ ਸਿਸਟਮ ਜਿਹੜਾ ਨਾ ਬਣਾਈ ਗਏ ਇਰਦ ਗਿਰਦ ਦਾ ਮਾਹੌਲ ਵੀ ਥਾ ਬਿਲਕੁਲ ਜਿਹੜਾ ਨਾ ਸਿੰਪਲ ਸਾਦਾ ਹੈ ਪਿਆ ਅਗਰ ਇੱਥੇ ਸ਼ੋਅਰੂਮ ਜਿਹੜਾ ਨਾ ਬਣ ਮੰਜੇ ਨਾ ਬਿਜਲੀ ਆ ਵੀ ਨਾ ਥੋੜਾ ਮਜ਼ੀਦ ਬਿਜਲੀ ਨਾਲ ਤਰਲ ਦੀ ਕਾਸ਼ ਨੀ ਲੈਣ ਜਿਵੇਂ ਸ਼ਹਿਰ ਵਾਲੇ ਰੋਂਦੇ ਵਧਣਾ ਸਾਦਾ ਨਾ ਹੋਵੇ ਜਿਹੜੇ ਸ਼ਹਿਰ ਸੰਗਤੀ ਮਿਲੇ ਨਾ ਉਹ ਰੋਂਦੇ ਹੀ ਮਿਲੇ ਸੋਲਰ ਵਾਲਾ ਜ਼ਬਰਦਸਤ ਅਲਹਮਦੁਲਿਲਾ ਜ਼ਬਰਦਸਤ ਮਾਹੌਲ ਹੈ ਸੋਲਰ ਵਾਲਾ ਸਹੀ ਬਾਂਗੇ ਸੀ ਬਾਕੀ ਜਿਹੜਾ ਨਾ ਮੰਨ ਕੇ ਜਿਹੜਾ ਨਾ ਥੱਲੇ ਜਿਹੜਾ ਨਾ ਤੁਹਾਨੂੰ ਵਿਜ਼ਿਟ ਕਰਾਈਨੇ ਸਰ ਹਾਲੀ ਜਿਹੜਾ ਨਾ ਕੰਮ ਇਹਨਾਂ ਦਾ ਸ਼ੁਰੂ ਹਾਲੀ ਕੰਪਲੀਟ ਤਾਂ ਨਹੀਂ ਹੋਇਆ ਨਹੀਂ ਨਹੀਂ ਮਿਸਤਰੀ ਲੱਗੇ ਪੈਂ ਥੱਲੇ ਕੰਮ ਹੁੰਦਾ ਅੱਛਾ ਜੀ ਇਹਨਾਂ ਭਾਈ ਸਾਹਿਬ ਉਹਦਾ ਜਿਹੜਾ ਨਾ ਤਾਰੋ ਤਾਂ ਤੁਹਾਨੂੰ ਨਹੀਂ ਕਰਾਇਆ ਇੰਟਰਵਿਊ ਐਸਾ ਦਿਨ ਸ਼ੁਰੂ ਕਰ ਦਿੱਤਾ ਤਾਂ ਆਪਣਾ ਤਾਰੋ ਜਿਹੜਾ ਨਾ ਜ਼ਰਾ ਆਪ ਕਰਾ ਦੇਸੋ ਮੈਨਾ ਮੁਹੰਮਦ ਇਮਰਾਨ ਕੌਮ ਚੰਨੜ ਤਹਿਸੀਲ ਜੁਬਾਰਾ ਸ਼ਹਿਰ ਸਾਰਾ ਮੋਚੀ ਸ਼ਹਿਰ ਮੋਚੀ ਮੋੜ ਇਹਨਾਂ ਦੇ ਜਿਹੜਾ ਨਾ ਬਹੁਤ ਵੱਡਾ ਜਿਹੜਾ ਨਾ ਇਸ ਅੱਡੇ ਦਾ ਨਾ ਕੁਛ ਸੋਚਿਆ ਹੋਇਆ ਤੁਸੀਂ ਇਹ ਅੱਡੇ ਬਣ ਗਏ ਸਾਰੇ ਨਿੱਕੇ ਜੀ ਅੱਡੇ ਤੇ ਇਹਦੇ ਤਰਾਏ ਸਟੈਪ ਬਣ ਗਏ ਭਾਈ ਸ਼ਹਿਰ ਮੋਚੀ ਮੋੜ ਹੀ ਹੈ ਸ਼ਹਿਰ ਮੋਚੀ ਮੋੜ ਇਹ ਸ਼ਹਿਰ ਮੋਚੀ ਮੋੜ ਦੀ ਸ਼ਾਖ ਸਮਝ ਲਓ ਹਾਂ ਅੱਛਾ ਜੀ ਮਾਸ਼ਾਅੱਲਾ ਇਹ ਵਾਲਾ ਜਿਹੜਾ ਨਾ ਬਾਹਰੋਂ ਇਹਦਾ ਫਰੰਟ ਜਿਹੜਾ ਨੇ ਬਹੁਤ ਜ਼ਬਰਦਸਤ ਹੈ ਪਿਆ ਇਮਰਾਨ ਭਾਈ ਜਿਹੜੇ ਅਲਮਾਰੀ ਵਾਲਾ ਜਿਹੜਾ ਖਰਚਾ ਪਈ ਉਹ ਜ਼ਰਾ ਦੱਸ ਜੁੜੇ ਸਮੂਹ ਮਾਸ਼ਾਅੱਲਾ ਜ਼ਬਰਦਸਤ ਲੱਗਦਾ ਖਾਲੀ ਇਹ ਭਾਈ ਜਾਨ ਅਲਮਾਰੀ ਤੇ ਉਤੋਂ ਸ਼ੈਡ ਵਗੈਰਾ ਤੇ ਤਲੂ ਜਿਹੜਾ ਮਾਸ਼ਾਅੱਲਾ ਹਾਂ ਇਹ ਬਣਾਏ 45,000 ਦਾ ਥਲ ਦੇ ਵਿੱਚ ਜਿਹੜਾ ਨਾ ਬੰਦੇ ਆਦੇ ਨੇ ਕੋਈ ਚੀਜ਼ ਨਹੀਂ ਆਉਂਦੀ ਮੈਂ ਵੇਖਿਆ ਸਾਹਮਣੇ ਵੇਖੋ ਮਾਲਟਿਆਂ ਦਾ ਬਾਗ ਲੱਗਾ ਖਲਾ ਹੈ ਦਿਲ ਜ਼ਬਰਦਸਤ ਮਾਲਟਿਆਂ ਦਾ ਬਾਗ ਹਾਂ ਰੂਹ ਦਾ ਬੰਦਾ ਵੇਖੀ ਰੱਖੇ ਵੀ ਇੱਕ ਰੱਖੇ ਅਗਰ ਉੱਤੇ ਲੱਗੇ ਖਲੇ ਹੁੰਦੇ ਨਾ ਤਾਂ ਅਸਾਂ ਜਿਹੜਾ ਨਾ ਲਗਾ ਹੀ ਵਜਣਾ ਉੱਤੇ ਵੀਡੀਓ ਹੀ ਬਣਾਈ ਹੋਵਾਂ ਆ ਅਤੇ ਪੱਟ ਕੇ ਜਿਹੜੇ ਨਾ ਖਾਧੀ ਹੋਵਾਂ ਇਹ ਛੋਲੇ ਨੇ ਪਏ ਨਾਲ ਵੇਖੋ ਕਣਕ ਅਤੇ ਉਹਦੇ ਵਿੱਚ ਜਿਹੜਾ ਨਾ ਬਾਗ ਇਨਸ਼ਾਅੱਲਾ ਲੈਨੇ ਆਏ ਆਪਣਾ ਵੀ ਕੋਈ ਬਾਗ ਯਾਰ ਅਗਲੇ ਦੇ ਮਸ਼ਵਰਾ ਤੱਕ ਰਹਿੰਦੇ ਨਾ ਉਹ ਖਲੇ ਮਸ਼ਵਰਾ ਕਰਦੇ ਪਏ ਇਨਸ਼ਾਅੱਲਾ ਜਿਹੜਾ ਨਾ ਆਪਣਾ ਬਾਗ ਜਿਹੜਾ ਨਾ ਲੈਨੇ ਆ ਥਲ ਦੇ ਵਿੱਚ ਜਿਹੜਾ ਨਾ ਮਾਲਟਿਆਂ ਦਾ ਹੋ ਵੈਂਦਾ ਵੇਖ ਬੰਦੇ ਆ ਦਿਨ ਕਿ ਨਹੀਂ ਹੁੰਦੇ ਮਿਹਨਤ ਨਾਲ ਹੁੰਦੀ ਹਰ ਚੀਜ਼ ਬਿਲਕੁਲ ਹੋ ਵੈਂਦੀ ਹੈ ਹਾਂ ਇੱਥੇ ਇਹ ਉਹ ਵੇਖ ਉਸ ਸਾਈਡ ਜਿਹੜੇ ਚਬਾਰੇ ਵੈਂਦੇ ਪਏ ਉੱਥੇ ਵੇਖ ਉੱਥੇ ਜਿਹੜਾ ਨਾ ਮਾਲਟੇ ਲੱਗੇ ਹੋਏ ਵੀ ਹਨ ਪਰ ਇਹ ਜਿਹੜਾ ਖਿਆਲ ਹੈ ਮੇਰੇ ਖਿਆਲ ਅਗਲੇ ਸਾਲ ਤਾਂ ਜਿਹੜੇ ਨੇ ਚਾਹੀਦੇ ਨੇ ਜ਼ੂਮ ਕਰਾਂ ਸ਼ਾਇਦ ਕੋਈ ਮਾਲਟਾ ਕੋਈ ਨਜ਼ਰ ਆ ਵਜੇ ਉਂਝ ਤਾਂ ਨਹੀਂ ਨਜ਼ਰ ਆਉਂਦਾ ਜ਼ੂਮਿੰਗ ਵਿੱਚ ਕੋਈ ਪਤਾ ਨਹੀਂ ਕੋਈ ਹੈ ਕਦ ਖੇਡਣ ਪਾ ਗਏ ਵਾਲੀਬਾਲ ਜਿਹੜਾ ਨਾ ਵੇਖੀਏ ਅਸਾਂ ਖੇਡਣ ਹੋ ਗਏ ਵੀਡੀਓ ਉੱਥੇ ਕੋਈ ਨੀ ਬਣਾਈ ਕਿਉਂਕਿ ਮੈਂ ਵੀਡੀਓ ਜਿਹੜਾ ਨਾ ਅਪਲੋਡਿੰਗ ਤੇ ਲਾ ਕੇ ਰੱਖ ਦਿੱਤੀ ਆ ਮੋਬਾਈਲ ਜਿਹੜਾ ਨਾ ਮੈਂ ਉਦਾਂ ਹੀ ਰੱਖ ਦਿੱਤਾ ਦੋਵੇਂ ਜਿਹੜਾ ਨਾ ਮੋਬਾਈਲ ਮੇਰੇ ਬਿਜ਼ੀ ਹਨ ਉਦੋਂ ਮੇਰੀ ਵੀਡੀਓ ਅਪਲੋਡ ਹੋਈ ਹਨ ਤਾਂ ਅਸਾਂ ਧੱਫੀ ਵੀ ਜਿਹੜਾ ਨਾ ਖੇਡ ਲਈਏ ਦੰਮੀ ਜਿਹੜਾ ਨਾ ਸਪੈਸ਼ਲ ਅਮਸਾ ਹੈ ਧੱਫੀ ਖੇਡਣ ਅਤੇ ਧੱਫੀ ਦੀ ਜਿਹੜਾ ਨਾ ਵੀਡੀਓ ਉਹ ਵੀ ਜਿਹੜੇ ਨਾ ਤਾਂ ਸਾਨੂੰ
ਤੁਹਾਨੂੰ ਜਿਹੜਾ ਨਾ ਵੇਖੇ ਸਾਂ ਇਨਸ਼ਾਅੱਲਾ ਤੁਹਾਨੂੰ ਦੱਫੀ ਦੀ ਵੀਡੀਓ ਵੀ ਖਿਚਾਏ ਤੇ ਨਾਲ ਦੇ ਨਾਲ ਸਬਸਕ੍ਰਾਈਬ ਕਰਨਾ ਬੋਲ ਨਾ ਵਣਿਆ ਹਾਂ ਉਹ ਵੀ ਜਿਹੜਾ ਨਾ ਕਰਨਾ ਹਾਂ ਇਸ ਟਾਈਮ ਵੇਖੋ ਟਿਬੀਆਂ ਦੇ ਵਿੱਚ ਵਧਿਆ ਆ ਸਾਂ ਬਿਲਕੁਲ ਉਹ ਵੀ ਬਿਲਕੁਲ ਜਿਹੜਾ ਨਾ ਹਨੇਰਾ ਗਿਆ ਟਾਈਮ ਜਿਹੜਾ ਇਸ ਟਾਈਮ ਹੁੰਦਾ ਪਿਆ ਤਕਰੀਬਨ 7 ਦਾ ਹੁੰਦਾ ਪਿਆ ਤਕਰੀਬਨ ਟਾਈਮ ਹੁੰਦਾ ਪਿਆ 7:15 ਤੇ ਵੀਡੀਓ ਵੀ ਜਿਹੜਾ ਨਾ ਸਾਰੀ ਅੱਜ ਕਾਫੀ ਸਾਰਾ ਜਿਹੜਾ ਨਾ ਲੰਬੀ ਹੋ ਗਈ ਹੈ ਸੁਬਹ ਜਿਹੜਾ ਨਾ ਨਿਕਲਿਆ ਸੀ ਨਮਾਜ਼ ਜੁਮਾ ਪੜ੍ਹੀ ਉਸ ਤੋਂ ਬਾਅਦ ਜਿਹੜਾ ਨਾ ਮੋਚੀ ਮੋੜ ਵਧੇ ਰਹੇ ਉੱਥੇ ਦੋਸਤਾਂ ਉਹ ਉੱਥੇ ਉਹਨਾਂ ਨਾਲ ਗੱਪ ਸ਼ੱਪ ਕੀਤੀ ਹੈ ਬਾਤ ਆਏ ਅੱਗਾਂ ਦੱਫੀ ਤੇ ਉੱਥੇ ਖਲੋ ਗਏ ਤੇ ਹੁਣ ਜਿਹੜਾ ਨਾ ਬਾਤ ਵਾਪਸ ਵਹਿੰਦੇ ਵਧਦੇ ਪੈਦਲ ਵਧਦੇ ਹਾਂ ਅਸਾਂ ਕਿ ਪੈਦਲ ਜਿਹੜਾ ਨਾ ਸੈਰ ਕਰਾਂ ਟਿਵੇਂ ਦੀ ਗਰਮ ਹੋ ਹੁਣ ਬਾਅਦ ਜਿਹੜਾ ਨਾ ਪੈਦਲ ਟੁਰਦੇ ਪਏ ਤੇ ਮਜ਼ੀਦ ਜਿਹੜਾ ਨਾ ਗਰਮੀ ਆਉਂਦੀ ਪਈ ਹੈ ਕਿਉਂਕਿ ਥੱਲੇ ਜਿਹੜਾ ਨਾ ਰੇਹ ਤੇ ਪਈ ਹੈ ਵੈਸੇ ਪਿਓ ਇਹ ਹਾਲੇ ਤਾਂ ਵੀਡੀਓ ਵੀ ਜਿਹੜਾ ਨਾ ਮੇਰੀ ਕਾਫੀ ਸਾਰਾ ਜਿਹੜਾ ਨਾ ਬਣ ਗਏ ਤਾਂ ਇੱਥਾਂ ਹੀ ਕਰੇ ਸਾਂ ਵੀਡੀਓ ਦਾ ਐਂਡ ਅਗਰ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦੇਸੋ ਲਾਈਕ ਚੈਨਲ ਨੂੰ ਲਾਈਕ ਕਰਨਾ ਹੈ ਚੈਨਲ ਨੂੰ ਕਰ ਦੇਸੋ ਸਬਸਕ੍ਰਾਈਬ ਬਹੁਤ ਸਾਰਾ ਰੱਖ ਸੋ ਆਪਣਾ ਖਿਆਲ ਬਾਏ ਬਾਏ ਹੱਥ ਨਹੀਂ ਹਿਲਾ ਸਕਦਾ ਮਸਰੂਫ ਹੈ ਬਾਏ ਬਾਏ।